ਔਰ ਵਰਕਰ ਨੂੰ ਕੁਛ ਨਹੀਂ ਚਾਹੀਦਾ, ਆਪਣੇ ਲੀਡਰ ਤੇ ਭਰੋਸਾ ਚਾਹੀਦਾ। ਤੇ ਜੇ ਲੀਡਰ ਹੋਵੇ 75-25 ਤੇਰੀ ਮੇਰੀ 80-30 ਤੇਰਾ ਬਿਜ਼ਨਸ, ਤੇ ਜੇ ਲੀਡਰ ਹੋਵੇ 80-20 ਮੈਨੂੰ ਨਾ ਫੜਿਓ ਜੀ। ਪੰਤੀ ਵਰਗਾ ਸਾਡਾ ਲੀਡਰ, ਸਿੱਧੂ ਵਰਗਾ ਜਿਹਨੇ ਇਮਾਨ ਨਹੀਂ ਵੇਚਿਆ, ਉਸੇ ਦਿਨ ਕਾਂਗਰਸ ਖੜੀ ਹੋ ਜੂਗੀ। ਸਾਡਾ ਲੀਡਰ ਸਮਝੌਤੇ ਨਹੀਂ ਕਰਦਾ, ਓਏ ਪੰਜਾਬ ਲਈ ਮਰਨ ਮਰਨ ਨੂੰ ਤਿਆਰ ਹੈ, ਕਾਂਗਰਸ ਉਸੇ ਦਿਨ। ਰੇਸ ਜਿਤਾਉਣ ਵਾਲੇ ਘੋੜਿਆਂ ਦੀ ਜੇ ਕਦਰ ਨਹੀਂ ਹੋਊ ਤੇ ਫਿਰ ਕਾਂਗਰਸ ਨਹੀਂ ਉੱਠ ਸਕਦੀ। ਹਉਮਾ ਸਿੱਟਣਾ ਪਊ, ਸ਼ਾਸਕ ਭਾਓ ਸਿੱਟਣਾ ਪਊ, ਪਰਿਵਾਰ ਦਾ ਭਾਵ ਜਗਾਉਣਾ ਪਊ। ਨਵਜੋਤ ਸਿੰਘ ਸਿੱਧੂ ਦੀਆਂ ਰੈਲੀਆਂ ਨੂੰ ਲੈ ਕੇ ਕਾਂਗਰਸ 'ਚ ਆਪਸੀ ਵਿਵਾਦ ਵੱਧਦਾ ਜਾ ਰਿਹਾ ਹੈ। ਭਾਵੇਂ ਪਾਰਟੀ ਲੀਡਰ ਸਿੱਧੂ ਖਿਲਾਫ ਕੁਝ ਖੁੱਲ੍ਹ ਕੇ ਬੋਲਣ ਨੂੰ ਤਿਆਰ ਨਹੀਂ, ਪਰ ਸਿੱਧੂ ਦੀਆਂ ਰੈਲੀਆਂ ਨੇ ਕਾਂਗਰਸ 'ਚ ਆਪਸੀ ਕਲੇਸ਼ ਜ਼ਰੂਰ ਛੇੜ ਦਿੱਤਾ ਹੈ। ਉੱਥੇ ਹੀ ਸਿੱਧੂ ਵੀ ਪਿੱਛੇ ਹਟਣ ਨੂੰ ਤਿਆਰ ਨਹੀਂ ਅਤੇ ਆਪਣੇ ਹੀ ਲੀਡਰਾਂ ਖਿਲਾਫ ਲਗਾਤਾਰ ਬਿਆਨਬਾਜ਼ੀਆਂ ਕਰ ਰਹੇ ਨੇ। ਸਿੱਧੂ ਨੇ ਮੰਗਲਵਾਰ ਨੂੰ ਹੁਸ਼ਿਆਰਪੁਰ 'ਚ ਰੈਲੀ ਦੌਰਾਨ ਮੁੜ ਤੋਂ 80-20 ਵਾਲਾ ਬਿਆਨ ਦਾਗਿਆ। ਸਿੱਧੂ ਮੁਤਾਬਕ ਉਹਨਾਂ ਦੀਆਂ ਰੈਲੀਆਂ 'ਚ ਭੀੜ ਇਕੱਠੀ ਹੁੰਦੀ ਦੇਖ ਕੇ ਕੁਝ ਲੋਕਾਂ ਨੂੰ ਤਕਲੀਫ ਹੋ ਰਹੀ ਹੈ। ਉੱਧਰ ਰਾਜਾ ਵੜਿੰਗ ਨੇ ਮੁੜ ਤੋਂ ਕਾਂਗਰਸ ਦੇ ਪ੍ਰੋਗਰਾਮ ਤੋਂ ਵੱਖ ਹੋ ਕੇ ਰੈਲੀ ਕਰਨ ਵਾਲੇ ਸਿੱਧੂ ਨੂੰ ਨਸੀਹਤ ਦਿੱਤੀ ਹੈ। ਤੇ ਜੇ ਲੀਡਰ ਹੋਵੇ 75-25 ਤੇਰੀ ਮੇਰੀ 80-30 ਤੇਰਾ ਬਿਜ਼ਨਸ, ਤੇ ਜੇ ਲੀਡਰ ਹੋਵੇ 80-20 ਮੈਨੂੰ ਨਾ ਫੜਿਓ ਜੀ। ਲੀਡਰ ਲੀਡਰ ਨਿਕਲੇ ਹੁਣ, ਲੀਡਰ ਪਾਰਟੀ ਨੂੰ ਗਿਰਵੀ ਧਰ ਦੇਣ, ਤੇ ਜੇ ਲੀਡਰ ਵਰਕਰ ਦੇ ਲਈ ਲੜਨ ਦੀ ਕੁਛ ਨਾ ਛੱਡਣ। ਵਰਕਰ ਉਦੋਂ ਉੱਠਦਾ ਹੈ ਬੰਤੀ ਵਰਗਾ ਚਾਹ ਦੀਆਂ ਦੁਕਾਨਾਂ ਤੇ ਬੱਸ ਸਟੈਂਡ ਤੇ, ਕਿਤੇ ਛੋਟੀ ਛੋਟੀ ਮੋਟੀ ਨੁੱਕੜ ਮੀਟਿੰਗ ਤੇ, ਹਰ ਥਾਂ ਤੇ ਗਹਿਮਾ ਗਹਿਮੀ ਜਦੋਂ ਹੁੰਦੀ ਹੈ ਨਾ, ਜਿੱਦਣ ਵਰਕਰ ਇਹ ਕਹਿਣ ਲੱਗ ਜੂਗਾ ਉਹ ਸਾਡਾ ਲੀਡਰ ਬੰਟੀ ਵਰਗਾ, ਸਾਡਾ ਲੀਡਰ ਸਿੱਧੂ ਵਰਗਾ ਜਿਹਨੇ ਇਮਾਨ ਨਹੀਂ ਵੇਚਿਆ, ਉਸੇ ਦਿਨ ਕਾਂਗਰਸ ਖੜੀ ਹੋ ਜੂਗੀ। ਸਾਡਾ ਲੀਡਰ ਸਮਝੌਤੇ ਨਹੀਂ ਕਰਦਾ, ਓਏ ਪੰਜਾਬ ਲਈ ਮਰਨ ਮਰਨ ਨੂੰ ਤਿਆਰ ਹੈ, ਕਾਂਗਰਸ ਉਸੇ ਦਿਨ। ਇੰਡੀਆ ਨੈਸ਼ਨਲ ਕਾਂਗਰਸ, ਉਹ ਭਾਈ ਕੋਈ ਧੱਕਾ ਮਾਰਦਾ ਹਾਣ ਮਾਸ ਦਾ ਪੁਤਲਾ ਨਹੀਂ, ਹੱਥ ਥੱਲੇ ਡਿੱਗ ਜਾਂਦੇ। ਸੱਚ ਸੀ ਜਦੋਂ ਐ ਕਰਕੇ ਡੰਡਾ ਖੜਕਾਣਾ, ਕਰੋੜ ਬੰਦਾ ਮਗਰ ਤੁਰਦਾ ਸੀ। ਤੇ ਇੱਥੇ ਜੇ 5-7 ਹਜ਼ਾਰ ਬੰਦਾ ਕਿਤੇ ਇਕੱਠਾ ਹੋ ਜਾਂਦਾ, ਕਿਉਂ ਢਿੱਡ ਪੀੜ ਹੁੰਦੀ ਹੈ ਭਾਈ। ਮੈਂ ਇੱਥੇ ਆਪਣੇ ਪਰਿਵਾਰ ਦੀ ਗੱਲ ਕਰ ਰਹੀ, ਨਾ ਮੇਰੀ ਰੇਤੇ ਦੀ ਖੱਡ, ਨਾ ਮੇਰਾ ਕੋਈ ਬਿਜ਼ਨਸ, ਨਾ ਮੇਰੀ ਸ਼ਰਾਬ ਦੀ ਖੱਡ ਹੈ। ਕਿਹਦੇ ਲਈ ਲੜਦੇ ਆ? ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ। ਅੱਛੀ ਬਾਤ ਹੈ ਭਾਈ, ਕਾਂਗਰਸ ਕੋ ਮਜ਼ਬੂਤ ਕਰਨੇ ਕੇ ਲੀਏ ਕੋਈ ਰੈਲੀ ਰੱਖੇ ਤੋ ਬੀਂਗ ਕਾਂਗਰਸ ਪ੍ਰਧਾਨ, ਮੇਰੇ ਕੋ ਕੋਈ ਇਤਰਾਜ਼ ਨਹੀਂ ਹੈ। ਲੇਕਿਨ ਕਾਂਗਰਸ ਪਾਰਟੀ ਕੋ ਖਰਾਬ ਕਰਨੇ ਕੇ ਲੀਏ ਔਰ ਕਮਜ਼ੋਰ ਕਰਨੇ ਕੇ ਲੀਏ ਕੋਈ ਕਾਮ ਕਰੇਗਾ ਤੋ ਉਸਕੇ ਉੱਪਰ 100% ਕਾਰਵਾਈ। ਪਰ ਸਿੰਧੂ ਸਾਹਿਬ ਦਾ ਦੀ ਸਪੀਚ ਦੇ ਵਿੱਚ ਕਹਿੰਦੇ ਨੇ ਕਿ ਆਪ ਕਾਂਗਰਸ ਦੀ ਜ਼ਰੂਰਤ ਕਮਜ਼ੋਰ ਕਰ ਰਹੇ ਨੇ, ਜੋ ਸਿੱਧੂ ਇਸ ਵਕਤ ਕਾਂਗਰਸ ਨੂੰ ਕਮਜ਼ੋਰ ਹੋ ਰਹੀ ਹੈ ਜਾਂ ਸਟਰੋਂਗ ਕਰ ਰਹੇ ਹੈ। ਲੇਕਿਨ ਇਹ ਮੈਂ ਪਾਰਟੀ ਪਲੇਟਫਾਰਮ ਤੇ ਬਾਤ ਰੱਖ ਸਕਦਾ, ਮੈਂ ਤੁਹਾਡੇ ਕੋਲ ਨਹੀਂ ਇਹ ਗੱਲ ਰੱਖ ਸਕਦਾ ਕਿਉਂਕਿ ਮੈਂ ਇੱਕ ਪਾਰਟੀ ਦਾ ਡਿਸਿਪਲਿਨ ਸੰਭਾਲਿਆ ਹੈ। ਕੀ ਇਹ ਅਧਿਕਾਰੀ ਕਾਰਜਕ੍ਰਮ ਹੈ ਸਰ, ਉਨ੍ਹਾਂ ਦਾ ਹੁਸ਼ਿਆਰਪੁਰ ਵਿੱਚ ਹੋ ਰਿਹਾ ਹੈ? ਆਪਣੇ ਖੂਨ ਪਸੀਨੇ ਨਾਲ ਇੱਥੋਂ ਤੱਕ ਨੇ ਵੱਡੀ ਸਾਹਿਬ, ਅਧਿਕਾਰੀ ਕਾਰਜਕ੍ਰਮ ਹੈ ਪਾਰਟੀ ਦਾ ਜੋ ਹੁਸ਼ਿਆਰਪੁਰ ਵਿੱਚ ਸਿੱਧੂ ਕਰ ਰਹੇ ਹੈ, ਜਾਂ ਉਨ੍ਹਾਂ ਦਾ ਨਿੱਜੀ ਕਾਰਜਕ੍ਰਮ ਹੈ? ਇਹ ਕਾਂਗਰਸ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਦਵਿੰਦਰ ਯਾਦਵ ਜੀ ਦਾ ਇੱਥੇ ਮਿਲਣੀ ਦਾ ਪ੍ਰੋਗਰਾਮ, ਲੋਕਾਂ ਨੂੰ ਮਿਲਣਾ ਉਹ ਕਰਨਾ। ਹੋ ਸਕਦਾ ਉਹਨਾਂ ਦਾ ਕੋਈ ਆਪਣਾ ਪ੍ਰੋਗਰਾਮ ਹੋਵੇ, ਉਹ ਪਾਰਟੀ ਦੇ ਡਿਸਿਪਲਿਨ ਦੇ ਵਿੱਚ ਆਉਂਦੀ ਹੈ। ਮੈਂ ਨਹੀਂ ਇਸ ਬਾਰੇ ਨਹੀਂ, ਮੈਂ ਕਿਹਾ ਮੈਂ ਤੁਹਾਨੂੰ ਫਿਰ ਕਿਹਾ ਕੋਈ ਵਿਅਕਤੀ ਕਿਤੇ ਰੈਲੀ ਕਰੇ ਸਾਨੂੰ ਕੋਈ ਇਤਰਾਜ਼ ਨਹੀਂ।
ਲੇਕਿਨ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਰੈਲੀ ਕਰੇਗਾ ਤਾਂ ਸਾਨੂੰ ਖੁਸ਼ੀ, ਪਾਰਟੀ ਨੂੰ ਕੋਈ ਕਮਜ਼ੋਰ ਕਰਨ ਵਾਸਤੇ ਰੈਲੀ ਕਰੇਗਾ ਤਾਂ ਉਹਦੇ ਤੇ ਕਾਰਵਾਈ। ਦਰਅਸਲ ਕਾਂਗਰਸ ਵੱਲੋਂ ਮੰਗਲਵਾਰ ਨੂੰ ਪੰਜਾਬ ਦੇ ਨਵੇਂ ਇੰਚਾਰਜ ਦਵਿੰਦਰ ਯਾਦਵ ਦੀ ਅਗਵਾਈ 'ਚ ਚੰਡੀਗੜ੍ਹ 'ਚ ਮੀਟਿੰਗ ਰੱਖੀ ਗਈ ਸੀ, ਪਰ ਸਿੱਧੂ ਇਸ ਮੀਟਿੰਗ ਤੋਂ ਨਿਰਧਾਰਿਤ ਰਹੇ ਅਤੇ ਉਹਨਾਂ ਨੇ ਹੁਸ਼ਿਆਰਪੁਰ 'ਚ ਵੱਖਰੀ ਰੈਲੀ ਕੀਤੀ, ਜਿੱਥੇ ਉਹਨਾਂ ਕਾਂਗਰਸ 'ਚ ਹੋ ਰਹੇ ਵਿਰੋਧ 'ਤੇ ਬੋਲਦਿਆਂ ਦਾਅਵਾ ਕੀਤਾ ਹੈ ਕਿ ਜਦੋਂ ਤੱਕ ਕਾਂਗਰਸੀ ਲੀਡਰ ਹਉਮੈ ਨਹੀਂ ਛੱਡਦੇ ਉਦੋਂ ਤੱਕ ਕਾਂਗਰਸ ਪੰਜਾਬ 'ਚ ਮੁੜ ਖੜੀ ਨਹੀਂ ਹੋ ਸਕਦੀ। ਸ਼ਾਸਕ ਭਾਓ ਸਿੱਟਣਾ ਪਊ, ਪਰਿਵਾਰ ਦਾ ਭਾਵ ਜਗਾਉਣਾ ਪਊ, ਭੈਣ ਦਾ ਭਾਈ ਦਾ ਆਪਸੀ ਪਿਆਰ ਦਾ, ਗੁਰੂ ਸਾਹਿਬਾਨਾਂ ਦੀ ਸਿੱਖ ਦਾ, ਅੱਵਲ ਅੱਲਾ ਨੂੰ ਰੁਪਾਇਆ ਦਰਬਾਰ ਸਾਹਿਬ ਚੌਵਰਨਾਂ ਨੂੰ ਖੁੱਲ੍ਹਾ, ਹਰ ਪਾਸਾ ਅੱਵਲ ਅੱਲਾ ਨੂੰ ਰੁਪਾਇਆ ਕੁਦਰਤ ਦੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉੱਠਿਆ ਕੌਣ ਭਲੇ ਕੋ ਮੰਦੇ। ਇੱਕ ਤਪਸਵੀ ਬੰਦਾ ਸਿੰਘ ਬਹਾਦਰ ਨੂੰ ਸਿੱਕਾ ਚਲਵਾਤਾ ਸਿੱਖ ਰਾਜ ਦਾ, ਇਹ ਪ੍ਰੇਰਣਾ ਗੁਰੂ ਦੀ, ਉਹਦੇ ਫਲਸਫੇ ਤੋਂ ਦੂਰ ਨਾ ਹੋ, ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜੀਵੇ ਗੁਰਾਂ ਦੇ ਨਾਮ। ਨਵੇਂ ਸਿਸਟਮ ਨੂੰ ਬਣਾਉਣ ਲਈ ਆਇਆ, ਨਵੇਂ ਸਿਸਟਮ ਦਾ ਹਿੱਸਾ ਨਹੀਂ ਬਣਾਂਗੇ। ਅਖੀਰ ਚ ਕਹਿੰਦਾ, ਕੋਈ ਅਗਰ ਭੁੱਲਿਆ ਭਟਕਿਆ ਇਸ ਸਿਸਟਮ ਦਾ ਹਿੱਸਾ ਰਿਹਾ ਹੋਵੇ, ਅਸੀਂ ਪਾਪੀ ਨਹੀਂ ਮਾਰਨੇ, ਪਾਪ ਮਾਰਨਾ ਪਾਪ। ਅੱਛੀ ਬਾਤ ਹੈ ਬਈ, ਕਾਂਗਰਸ ਕੋ ਮਜ਼ਬੂਤ ਕਰਨੇ ਕੇ ਲੀਏ ਕੋਈ ਰੈਲੀ ਰੱਖੇ ਤੋ ਬੀਂਗ ਕੇ ਕਾਂਗਰਸ ਪ੍ਰਧਾਨ ਮੇਰੇ ਕੋ ਕੋਈ ਇਤਰਾਜ਼ ਨਹੀਂ ਹੈ, ਲੇਕਿਨ ਕਾਂਗਰਸ ਪਾਰਟੀ ਕੋ ਖਰਾਬ ਕਰਨੇ ਕੇ ਲੀਏ ਔਰ ਕਮਜ਼ੋਰ ਕਰਨੇ ਕੇ ਲੀਏ ਕੋਈ ਕਾਮ ਕਰੇਗਾ ਤੋ ਉਸਕੇ ਉੱਪਰ 100% ਕਾਰਵਾਈ। ਪਰ ਸਿੱਧੂ ਸਾਹਿਬ ਦਾ ਦੀ ਸਪੀਚ ਦੇ ਵਿੱਚ ਕਹਿੰਦੇ ਨੇ ਜਿਹੜਾ ਕਾਂਗਰਸ ਦੀ ਜ਼ਰੂਰਤ ਕਮਜ਼ੋਰ ਕਰ ਰਹੇ ਨੇ, ਜੋ ਸਿੱਧੂ ਇਸ ਵਕਤ ਕਾਂਗਰਸ ਨੂੰ ਕਮਜ਼ੋਰ ਹੋ ਰਹੀ ਹੈ ਜਾਂ ਸਟਰੋਂਗ ਕਰ ਰਹੇ ਹੈ, ਲੇਕਿਨ ਇਹ ਮੈਂ ਪਾਰਟੀ ਪਲੇਟਫਾਰਮ ਤੇ ਬਾਤ ਰੱਖ ਸਕਦਾ, ਮੈਂ ਤੁਹਾਡੇ ਕੋਲ ਇਹ ਗੱਲ ਰੱਖ ਸਕਦਾ ਕਿਉਂਕਿ ਮੈਂ ਇੱਕ ਪਾਰਟੀ ਦਾ ਡਿਸਿਪਲਿਨ ਸਿਪਾਹੀ ਹਾਂ। ਇਹ ਅਧਿਕਾਰੀ ਕਾਰਜਕ੍ਰਮ ਸਰ ਉਹਨਾਂ ਦਾ ਜੋ ਹੁਸ਼ਿਆਰਪੁਰ ਵਿੱਚ ਹੋ ਰਿਹਾ ਹੈ, ਆਪਣੇ ਖੂਨ ਪਸੀਨੇ ਨਾਲ ਇੱਥੋਂ ਤੱਕ ਨਹੀਂ ਵੱਡੀ ਸਾਡੀ ਅਧਿਕਾਰੀ ਕਾਰਜਕ੍ਰਮ ਹੈ ਪਾਰਟੀ ਦਾ ਜੋ ਹੁਸ਼ਿਆਰਪੁਰ ਵਿੱਚ ਸਿੱਧੂ ਕਰ ਰਿਹਾ ਹੈ, ਇਹ ਆਪਣਾ ਨਿੱਜੀ ਕਾਰਜਕ੍ਰਮ ਹੈ। ਇਹ ਕਾਂਗਰਸ ਦਾ ਜਿਹੜਾ ਪ੍ਰੋਗਰਾਮ ਹੈ ਉਹ ਤਾਂ ਦਵਿੰਦਰ ਯਾਦਵ ਜੀ ਦਾ ਇੱਥੇ ਮਿਲਣੀ ਦਾ ਪ੍ਰੋਗਰਾਮ, ਲੋਕਾਂ ਨੂੰ ਮਿਲਣਾ ਕਰਨਾ, ਹੋ ਸਕਦਾ ਉਹਨਾਂ ਦਾ ਕੋਈ ਆਪਣਾ ਪ੍ਰੋਗਰਾਮ ਹੋਵੇ, ਉਹ ਪਾਰਟੀ ਦੇ ਡਿਸਿਪਲਿਨ ਦੇ ਵਿੱਚ ਆਉਂਦੀ ਹੈ। ਮੈਂ ਨਹੀਂ ਇਸ ਬਾਰੇ ਨਹੀਂ, ਮੈਂ ਕਿਹਾ, ਮੈਂ ਤੁਹਾਨੂੰ ਫਿਰ ਕਿਹਾ, ਕੋਈ ਵਿਅਕਤੀ ਕਿਤੇ ਰੈਲੀ ਕਰੇ ਸਾਨੂੰ ਕੋਈ ਇਤਰਾਜ਼ ਨਹੀਂ, ਲੇਕਿਨ ਪਾਰਟੀ ਨੂੰ ਮਜ਼ਬੂਤ ਕਰਨ ਵਾਸਤੇ ਰੈਲੀ ਕਰੇਗਾ ਤਾਂ ਸਾਨੂੰ ਖੁਸ਼ੀ, ਪਾਰਟੀ ਨੂੰ ਕੋਈ ਕਮਜ਼ੋਰ ਕਰਨ ਵਾਸਤੇ ਰੈਲੀ ਕਰੇਗਾ ਤਾਂ ਉਹਦੇ ਤੇ ਕਾਰਵਾਈ। ਦੱਸਦੀਏ ਕਿ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਬਠਿੰਡਾ ਦੀ ਮਹਿਰਾਜ ਰੈਲੀ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿੱਥੇ ਉਹਨਾਂ ਆਪਣੇ ਹੀ ਲੀਡਰਾਂ 'ਤੇ ਨਿਸ਼ਾਨੇ ਸਾਧੇ ਸੀ, ਜਿਸ ਤੋਂ ਬਾਅਦ ਪਾਰਟੀ ਲੀਡਰਾਂ ਨੇ ਸਿੱਧੂ ਨੂੰ ਵੱਖਰਾ ਅਖਾੜਾ ਨਾ ਲਾਉਣ ਦੀ ਸਲਾਹ ਦਿੱਤੀ ਸੀ, ਜਦਕਿ ਰਾਜਾ ਵੜਿੰਗ ਸਿੱਧੂ ਨੂੰ ਅਸਿੱਧੇ ਤੌਰ 'ਤੇ ਜਾਬਤੇ 'ਚ ਰਹਿਣ ਦੀ ਨਸੀਹਤ ਕਈ ਵਾਰ ਦੇ ਚੁੱਕੇ ਨੇ, ਪਰ ਸਿੱਧੂ ਆਪਣੇ ਫੈਸਲੇ 'ਤੇ ਅੜੇ ਹੋਏ ਨੇ ਅਤੇ ਲਗਾਤਾਰ ਰੈਲੀਆਂ ਕਰ ਰਹੇ ਨੇ। ਬਿਊਰੋ ਰਿਪੋਰਟ, ਸੈਂਟਰਲ ਪੰਜਾਬ ਟੀਵੀ।